ਸੀਰੀਆ ਦੇ ਵਿੱਚ ਜੋ ਸੰਕਟ ਚੱਲ ਰਿਹਾ ਅਸੀਂ ਜਾਣਦੇ ਹਾਂ ਰਸ਼ੀਆ ਦੇ ਅਮਰੀਕਾ ਦੀ ਸਥਿਤੀ। ਸੀਰੀਆ ਦੇ ਵਿੱਚ ਅਸਲ ਵਿੱਚ 84% ਜਨਸੰਖਿਆ ਸੁੰਨੀ ਮੁਸਲਮਾਨਾਂ ਦੀ ਅਤੇ 12% ਜਨਸੰਖਿਆ ਸ਼ੀਆ ਮੁਸਲਮਾਨਾਂ ਦੀ। 2006 ਤੋਂ ਲੈ ਕੇ 2010 ਤੱਕ ਜਦੋਂ ਉੱਥੇ ਭਾਰੀ ਸੋਕਾ ਪਿਆ ਤਾਂ ਲੋਕਾਂ ਨੇ ਉੱਥੇ ਵਿਦਰੋਹ ਕੀਤਾ। ਉਸ ਵਿਦਰੋਹ ਨੂੰ ਦਬਾਉਣ ਲਈ ਸਰਕਾਰ ਨੇ ਉਸਨੂੰ ਧਰਮ ਦੀ ਰੰਗਤ ਦਿੱਤੀ। ਸ਼ੀਆ ਸੁੰਨੀ ਦਾ ਜੋ ਵਿਵਾਦ ਚੱਲ ਰਿਹਾ ਸੀ ਉਸਨੂੰ ਜਾਣਦੇ ਹਾਂ। ਉੱਥੋਂ ਦੇ ਵਿਦਰੋਹ ਨੂੰ ਸੁੰਨੀ ਵਿਦਰੋਹ ਦਾ ਨਾਮ ਦੇ ਦਿੱਤਾ ਗਿਆ ਕਿਉਂਕਿ ਸਰਕਾਰ ਸ਼ੀਆ ਦੀ ਮੰਨੀ ਜਾਂਦੀ, ਪਰ ਉਹ ਸਰਕਾਰ ਸ਼ੀਆ ਦੀ ਵੀ ਨਹੀਂ। ਉੱਥੇ ਬਾਥ ਪਾਰਟੀ ਰਾਜ ਕਰ ਰਹੀ ਹੈ ਇਸ ਵੇਲੇ, ਜਿਸ ਦਾ ਰਾਸ਼ਟਰਪਤੀ ਬਸ਼ਰ ਅਲ ਅਸਦ 2 ਜੂਨ 2000 ਦੇ ਵਿੱਚ ਬਣਿਆ। ਹੁਣ ਬਾਥ ਪਾਰਟੀ ਕਮਿਊਨਿਸਟ ਪਾਰਟੀ ਹੈ। ਕਮਿਊਨਿਸਟ ਪਾਰਟੀ ਦਾ ਕੋਈ ਧਰਮ ਨਹੀਂ ਹੁੰਦਾ, ਪਰ ਫਿਰ ਵੀ ਉਹਨੂੰ ਸ਼ੀਆ ਧਰਮ ਦੇ ਨਾਲ ਜੋੜ ਦਿੱਤਾ ਗਿਆ ਤਾਂ ਕਿ ਸਾਡੀ ਸਪੋਰਟ ਸ਼ੀਆ ਮੁਲਕ ਕਰ ਦੇਣ। ਉਹੀ ਹੋਇਆ, ਇਰਾਕ ਨੇ ਉੱਥੋਂ ਦੀ ਸਰਕਾਰ ਵੀ ਸਪੋਰਟ ਕਰ ਦਿੱਤੀ। ਹੁਣ ਇਹ ਨਹੀਂ ਪਤਾ ਉਹਨੇ ਲੋਕਾਂ ਦੇ ਉੱਤੇ ਕਿੰਨਾ ਤਸ਼ੱਦਦ ਕੀਤਾ, ਪਰ ਇਰਾਕ ਸਪੋਰਟ ਕਰ ਰਿਹਾ। ਹੁਣ ਇਹ ਵੀ ਨਹੀਂ ਪਤਾ ਤਸ਼ੱਦਦ ਕੀਤਾ ਜਾਂ ਨਹੀਂ ਕੀਤਾ, ਜਾਂ ਅਮਰੀਕਾ ਝੂਠ ਰੋਲਾ ਪਾ ਰਿਹਾ। ਇਸ ਤੋਂ ਮਗਰੋਂ ਜਦੋਂ ਵਿਦਰੋਹੀਆਂ ਨੂੰ ਸੁੰਨੀਆਂ ਦਾ ਨਾਮ ਦੇ ਦਿੱਤਾ ਗਿਆ, ਜਿਨ੍ਹਾਂ ਦੀ ਜਨਸੰਖਿਆ 84% ਸੀ ਸੀਰੀਆ ਦੇ ਵਿੱਚ, ਤਾਂ ਸ਼ੀਆ ਲੋਕ ਚੁੱਪ ਹੋ ਗਏ। ਭਾਵੇਂ 4-5 ਸਾਲ ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਿਆ, ਪਰ ਧਰਮ ਨੇ ਉਹਨਾਂ ਦਾ ਪੇਟ ਭਰ ਦਿੱਤਾ ਹੁਣ, ਕਿਉਂਕਿ ਧਰਮ ਦੀ ਰੰਗਤ ਦੇ ਦਿੱਤੀ ਗਈ। ਇੰਡੀਆ ਵਿੱਚ ਵੀ ਇਹੀ ਕੁਝ ਹੋ ਰਿਹਾ ਹੁਣ। 2013 ਦੇ ਵਿੱਚ ਅਮੈਰੀਕਾ ਨੇ ਜਦੋਂ ਵਿਰੋਧ ਕੀਤਾ ਰਸ਼ੀਆ ਦੀ ਸਰਕਾਰ ਦਾ ਜਾਂ ਸੀਰੀਆ ਦੀ ਸਰਕਾਰ ਦਾ ਜੋ ਉੱਥੋਂ ਦੇ ਲੋਕਾਂ 'ਤੇ ਤਸ਼ੱਦਦ ਕਰ ਰਹੀ ਸੀ, ਤਾਂ ਰਸ਼ੀਆ ਵੀ ਇਸ ਵਿਵਾਦ ਦੇ ਵਿੱਚ ਪੁੱਜ ਗਿਆ। ਅਮਰੀਕਾ ਦੇ ਵਿਰੋਧ ਤੋਂ ਬਾਅਦ ਰਸ਼ੀਆ ਨੇ ਉੱਥੋਂ ਦੀ ਰੈਬਲਸ ਆਰਮੀ ਕੀ ਹੈ, ਜਿਹੜੇ ਵਿਦਰੋਹੀ ਸਨ ਉਹਨਾਂ ਨੇ ਇੱਕ ਆਰਮੀ ਬਣਾ ਲਈ ਜਿਹਨਾਂ ਨੂੰ ਨਾਮ ਦਿੱਤਾ ਜਾਂਦਾ ਰੈਬਲਸ ਆਰਮੀ। ਹੁਣ ਰੈਬਲਸ ਆਰਮੀ ਦੇ ਉੱਤੇ ਸਰਜੀਕਲ ਸਟ੍ਰਾਈਕਸ ਕੀਤੀਆਂ ਰਸ਼ੀਆ ਨੇ, ਜਿਹੜੇ ਵਿਦਰੋਹੀ ਸਨ ਜਿਹਨਾਂ ਨੂੰ ਸੁੰਨੀ ਦਾ ਨਾਮ ਦਿੱਤਾ ਗਿਆ। ਹੁਣ ਕਿਉਂਕਿ ਵਿਦਰੋਹੀ ਸੁੰਨੀ ਸਨ, ਅਤੇ ਉਸ ਤੋਂ ਬਾਅਦ ਸਾਊਦੀ ਅਰਬ ਜੋ ਇੱਕ ਸੁੰਨੀ ਮੁਲਕ ਆ ਉਹਨੇ ਵੀ ਸੁੰਨੀਆਂ ਦੀ ਸਪੋਰਟ ਕੀਤੀ, ਮਤਲਬ ਵਿਦਰੋਹੀਆਂ ਦੀ। ਹੁਣ ਵਿਸ਼ਵ ਫਿਰ 2 ਗੁੱਟਾਂ ਦੇ ਵਿੱਚ ਵੰਡਿਆ ਗਿਆ। ਸੁੰਨੀ ਮੁਲਕ ਵੱਖਰੇ ਹੋ ਗਏ ਸਾਊਦੀ ਅਰਬ ਨੇ ਵਿਦਰੋਹੀਆਂ ਦੀ ਸਪੋਰਟ ਕੀਤੀ, ਤੁਰਕੀ ਨੇ ਵੀ ਵਿਦਰੋਹੀਆਂ ਦੀ ਸਪੋਰਟ ਕੀਤੀ, ਅਮੈਰੀਕਾ, ਨੈਟੋ, ਯੂਰੋਪੀਅਨ ਯੂਨੀਅਨ ਸਾਰਿਆਂ ਨੇ ਵਿਦਰੋਹੀਆਂ ਦੀ ਸਪੋਰਟ ਕੀਤੀ। ਹੁਣ ਜਦੋਂ ਸਰਕਾਰ ਨੇ ਰਸ਼ੀਆ ਤੋਂ ਸਹਾਇਤਾ ਮੰਗੀ ਤਾਂ ਉਹਨੇ ਵੀ ਸਰਜੀਕਲ ਸਟ੍ਰਾਈਕ ਕੀਤੀਆਂ ਵਿਦਰੋਹੀਆਂ ਦੇ ਉੱਤੇ। ਇਸ ਤੋਂ ਮਗਰੋਂ ਇਹ ਵੀ ਕੁਝ ਖਬਰਾਂ ਆਈਆਂ ਕਿ ਉੱਥੋਂ ਦੀ ਸਰਕਾਰ ਵੱਲੋਂ ਵਿਦਰੋਹੀਆਂ ਦੇ ਉੱਤੇ ਕੈਮੀਕਲ ਅਟੈਕ ਕੀਤਾ ਗਿਆ। ਇਸ ਕੈਮੀਕਲ ਅਟੈਕ ਵਿੱਚ ਗੈਸ ਵਰਤੀ ਗਈ ਸਰੀਨ ਗੈਸ ਜਿਹੜੀ 1997 ਦੇ ਵਿੱਚ ਬੈਨ ਕੀਤੀ ਜਾ ਚੁੱਕੀ ਸੀ UN ਵੱਲੋਂ, ਪਰ ਫਿਰ ਵੀ ਵਰਤੀ ਗਈ। ਹੁਣ ਇਹ ਵੀ ਨਹੀਂ ਪਤਾ ਵਰਤੀ ਹੈ ਕਿ ਨਹੀਂ ਵਰਤੀ, ਕਿਉਂਕਿ ਉੱਥੋਂ ਦੇ ਹਾਲਾਤ ਉੱਥੋਂ ਦੀ ਸਰਕਾਰ ਜਾਣਦੀ ਹੈ ਜਾਂ ਉੱਥੋਂ ਦੇ ਵਿਦਰੋਹੀ। ਆਪਾਂ ਇੱਥੇ ਪੜ੍ਹੀ ਜਾ ਰਹੇ ਹਾਂ ਅਤੇ ਆਪਾਂ ਉਸ 'ਤੇ ਲੈਕਚਰ ਦੇ ਰਹੇ ਹਾਂ ਜਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ, ਪਰ ਇਹ ਵੀ ਨਹੀਂ ਕੋਈ ਸਬੂਤ ਹੈਗਾ ਕਿ ਉੱਥੇ ਸਰੀਨ ਗੈਸ ਵਰਤੀ ਗਈ ਜਾਂ ਨਹੀਂ। ਜਿਵੇਂ ਲਦੇਰ ਨੂੰ ਮਾਰਿਆ ਗਿਆ ਵਰਲਡ ਟ੍ਰੇਡ ਸੈਂਟਰ 'ਤੇ ਹਮਲਾ ਕਰਨ ਕਰਕੇ, ਸਬੂਤ ਕੋਈ ਨਹੀਂ ਹੈ ਕਿ ਉਹਨੇ ਕੀਤਾ ਜਾਂ ਨਹੀਂ ਕੀਤਾ। ਉਸੇ ਤਰ੍ਹਾਂ ਸਰੀਨ ਗੈਸ ਦਾ ਵੀ ਹਮਲਾ ਜਦੋਂ ਹੋਇਆ, ਸਬੂਤ ਕੋਈ ਨਹੀਂ ਹੈ ਕਿ ਸਰੀਨ ਗੈਸ ਦਾ ਹਮਲਾ ਹੋਇਆ ਜਾਂ ਨਹੀਂ ਹੋਇਆ। ਉਸ ਤੋਂ ਬਾਅਦ ਇੱਕ Geneva 2 ਕਾਨਫਰੰਸ ਬੁਲਾਈ ਗਈ। ਉਸਦਾ ਮਕਸਦ ਸੀ ਵਿਸ਼ਵ ਦੇ ਵਿੱਚ ਸ਼ਾਂਤੀ ਨੂੰ ਬਹਾਲ ਰੱਖਣਾ, ਜਿਹਦੇ ਵਿੱਚ ਰਸ਼ੀਆ ਵੀ ਸ਼ਾਮਿਲ ਹੋਇਆ, ਭਾਰਤ ਵੀ ਸ਼ਾਮਿਲ ਹੋਇਆ, ਅਮਰੀਕਾ, ਤੁਰਕੀ ਜਾਂ ਹੋਰ ਪੱਛਮੀ ਮੁਲਕ ਸਾਰੇ ਉਸ ਦੇ ਵਿੱਚ ਸ਼ਾਮਿਲ ਹੋਏ, ਚਾਈਨਾ ਵੀ ਸ਼ਾਮਿਲ ਹੋਇਆ। ਉਸ ਕਾਨਫਰੰਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤ ਨੇ ਨਾ ਅਮਰੀਕਾ ਦੀ ਸਪੋਰਟ ਕੀਤੀ, ਨਾ ਰਸ਼ੀਆ ਦਾ ਵਿਰੋਧ ਕੀਤਾ। Geneva 2 ਕਾਨਫਰੰਸ ਤੋਂ ਬਾਅਦ ਜੋ ਡੋਨਾਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਬਣਿਆ, ਅਤੇ ਉਹਨੇ ਮਿਸਾਈਲਾਂ ਦੇ ਹਮਲੇ ਨਾਲ ਉੱਥੋਂ ਦਾ ਸਾਰਾ ਰਡਾਰ ਸਿਸਟਮ, ਸੈਟੇਲਾਈਟ ਸਿਸਟਮ ਸਾਰਾ ਤਬਾਹ ਕਰ ਦਿੱਤਾ ਸੀਰੀਆ ਦਾ। ਹੁਣ ਇਹ ਸਭ ਸਿਸਟਮ ਤਬਾਹ ਹੋਣ ਤੋਂ ਬਾਅਦ ਰੂਸ ਅਤੇ ਚਾਈਨਾ ਇਕੱਠੇ ਹੋ ਗਏ। ਪਹਿਲਾਂ ਵੀ ਇਕੱਠੇ ਸਨ, ਪਰ ਹੁਣ ਉਸ 'ਤੇ ਸਟੈਂਪ ਲਾ ਕੇ ਕਿ ਹਾਂਜੀ ਇਕੱਠੇ ਰਹਿਣਗੇ। ਚਾਈਨਾ ਨੇ ਰਸ਼ੀਆ ਦੀ ਸਪੋਰਟ ਕੀਤੀ, ਅਮਰੀਕਾ ਦੀ ਸਪੋਰਟ, ਪੱਛਮੀ ਮੁਲਕਾਂ ਨੇ, ਤੁਰਕੀ ਨੇ, ਸਾਊਦੀ ਅਰਬ ਨੇ ਕੀਤੀ, ਅਤੇ ਇਰਾਕ ਨੇ ਵੀ ਰਸ਼ੀਆ ਦੀ ਅਤੇ ਚਾਈਨਾ ਦੀ ਸਪੋਰਟ ਕੀਤੀ। ਸੀਰੀਆ ਇੱਕ ਅਜਿਹਾ ਮੁਲਕ ਹੈ ਜਿਹਦੇ ਵਿੱਚ ਮੁਸਲਮਾਨਾਂ ਦੀ 3 ਸਭ ਤੋਂ ਪਵਿੱਤਰ ਮਸਜਿਦ ਸਥਿਤ ਹੈ, ਉਮੇਯਦ ਮਸਜਿਦ, ਜੋ ਮੁਹੰਮਦ ਸਾਹਿਬ ਦੀ ਪੋਤਰੀ ਦੇ ਨਾਲ ਸੰਬੰਧ ਰੱਖਦੀ ਹੈ, ਉਮੇਯਦ ਮਸਜਿਦ। ਇਸ ਤੋਂ ਇਲਾਵਾ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ ਪੜ੍ਹਦੇ ਹਾਂ, ਮੈਸੋਪੋਟਾਮੀਆ ਦੀ ਸੱਭਿਅਤਾ ਪੜ੍ਹਦੇ ਹਾਂ, ਚੀਨ ਦੀ ਸੱਭਿਅਤਾ, ਮਿਸਰ ਦੀ ਸੱਭਿਅਤਾ, ਜਿਹਨਾਂ ਦਾ ਆਪਸ ਵਿੱਚ ਵਪਾਰ ਚੱਲਦਾ ਸੀ। ਸੀਰੀਆ ਦੇ ਵਿੱਚ ਮੈਸੋਪੋਟਾਮੀਆ ਦੀ ਸੱਭਿਅਤਾ ਸਥਿਤ ਸੀ, ਮਤਲਬ ਕਿ ਦੁਨੀਆ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਕੌਣ ਸੀ, ਸੀਰੀਆ, ਜੋ ਕਿ 2 ਫਰਾਤ ਨਹਿਰਾਂ ਦੇ ਕੰਢੇ ਵਸਿਆ ਹੋਇਆ ਸੀ, ਪਰ ਹੁਣ ਉਸਨੂੰ ਉਜਾੜਿਆ ਗਿਆ ਰਾਜਨੀਤੀ ਦੇ ਕਰਕੇ ਜਾਂ ਸਾਡੇ ਢਿੱਲੇ ਬਣ ਦੇ ਕਰਕੇ,
ਕਿਉਂਕਿ ਆਪਾਂ ਆਪਣੇ ਹੱਕਾਂ ਲਈ ਨਹੀਂ ਲੜਦੇ ਤਾਂ ਕਿਸੇ ਦੇ ਹੱਕਾਂ ਲਈ ਕੀ ਲੜਾਂਗੇ।